ਗੱਲ ਇਹ ਵੇ ਕਿ ਮੈਂ ਜੀ ਹੁਣ ਮੈਟ੍ਰਿਕ ਤਲੀ ਮੇਰੇ ਲਾਇਸੈਂਸ ਵੀ ਆਇਆ ਅਤੇ ਮੈਂ ਡਰਾਈਵਰਾਂ ਵਾਸਤੇ ਅਪਲਾਈ ਵੀ ਕਰਨਾ ਕਾਂਸਟੇਬਲ ਡਰਾਈਵਰ, ਅਤੇ ਇਹ ਨਾ ਹੋਵੇ ਕਿ ਮੈਂ 5 ਸਾਲ ਜਾਂ 6 ਸਾਲ ਲਗਾਤਾਰ ਮਿਹਨਤ ਕਰਾਂ ਅਤੇ ਮਸਾਂ ਗੱਡੀ ਵੀ ਸਹੀ ਚਲਾਵਾਂ ਅਤੇ ਇਮਾਨਦਾਰੀ ਨਾਲ ਕੰਮ ਕਰਾਂ, ਅਤੇ ਫਿਰ ਮੇਰੀ ਪ੍ਰਮੋਸ਼ਨ ਹੋ ਜਾਵੇ SP ਤੱਕ ਕਿ ਨਹੀਂ ਹੋਣ ਲੱਗੀ, ਇਹਦੇ ਬਾਰੇ ਮਾਲੂਮਾਤ ਲੈ ਕੇ ਦਿਆਂ। ਆਹੋ ਬੰਦਾ ਫਿਰ ਜੇ ਤਾਂ 5-6 ਸਾਲਾਂ ਦੇ ਵਿੱਚ SP ਬਣ ਜੇ, DPO ਬਣ ਜੇ, ਫਿਰ ਤਾਂ ਫਾਇਦਾ ਨਾ ਡਰਾਈਵਰ ਭਰਤੀ ਹੋਣ ਦਾ। ਇਹ ਮਾਲੂਮਾਤ ਪੁੱਛ ਕੇ ਦੇ। ਅਫਜ਼ਲ ਭਾਈ, ਇਹਨੂੰ ਆਖੋ ਕਿ 15 ਸਾਲ ਬਾਅਦ ਹੈ ਚੀਫ, ਆਰਮੀ ਚੀਫ ਬਣ ਜਾਏਗਾ, ਅਤੇ ਆਰਮੀ ਚੀਫ ਤੋਂ ਬਾਅਦ ਫਿਰ ਮਾਰਸ਼ਲ ਲਾਅ ਲਾ ਸਕਦਾ, ਅਤੇ ਫਿਰ ਇਹ ਸਦਰ ਪਾਕਿਸਤਾਨ ਵੀ ਬਣ ਸਕਦਾ, ਅਤੇ ਪ੍ਰਮੋਸ਼ਨ ਕੀ ਕੀ ਹੈ, ਮਤਲਬ ਪੂਰੀ ਲਾਈਫ ਸੈੱਟ ਹੋਣ ਦਾ ਚਾਂਸ ਹੈ, ਫਿਊਚਰ ਬ੍ਰਾਈਟ ਹੈ ਡਰਾਈਵਰਾਂ ਦਾ। ਹਾਂਜੀ ਭਾਈ ਜਾਨ, ਹੋ ਜਾਏਗੀ ਪ੍ਰਮੋਸ਼ਨ। 1.5 ਸਾਲ ਬਾਅਦ ਤੁਸੀਂ DSP ਹੋ ਜਾਓਗੇ ਅਤੇ ਅਗਲੇ 6 ਮਹੀਨੇ ਬਾਅਦ SP, 3 ਸਾਲ ਫਿਰ ਉਸ ਤੋਂ ਬਾਅਦ 5-1 ਸਾਲ ਬਾਅਦ ਤੁਹਾਨੂੰ RPO ਮੁਲਤਾਨ ਜਾਂ ਮਤਲਬ RPO ਲਾ ਦੇਣਗੇ ਕਿਸੇ ਨਾ ਪਾਸੇ ਨਾ, ਪੰਜਾਬ 'ਚ ਨਾ ਆਇਆ ਬਲੋਚਿਸਤਾਨ 'ਚ ਲਾ ਦੇਣਗੇ ਸਰ। ਨਹੀਂ ਭਾਈ, ਅਗਰ ਤੁਸੀਂ 2-4 ਸਾਲ ਜਿਹੜਾ ਨਾ ਮਜ਼ੀਦ ਮਿਹਨਤ ਕਰੋਗੇ ਨਾ, ਅਤੇ IG ਸਾਹਿਬ ਨਾਲ ਮੈਂ ਗੱਲ ਕਰਾਂਗਾ ਕਿ ਜਿਹੜਾ ਨਾ ਸਰ ਬੰਦਾ ਬਹੁਤ ਜਿਹੜਾ ਨਾ ਮਿਹਨਤੀ ਹੈ, ਅਤੇ ਅਡੀਸ਼ਨਲ IG ਲਗਵਾ ਦਾਂਗੇ ਤੁਹਾਨੂੰ, ਠੀਕ ਹੈ ਨਾ। ਅਤੇ ਉਸ ਤੋਂ ਬਾਅਦ ਫਿਰ ਜਿਹੜਾ ਨਾ ਅੱਧਾ ਪੰਜਾਬ ਟਾਡਾ ਹੀ ਹੋਣਾ, ਜੋ ਮਰਜ਼ੀ ਕਰੇਗਾ, ਕੋਈ ਟੈਨਸ਼ਨ ਨਹੀਂ ਹੋਣੀ ਭਰਾ ਨੂੰ। ਅਤੇ ਕੋਈ ਨਹੀਂ ਆਪਣਾ, ਤੁਸੀਂ ਮੈਟ੍ਰਿਕ ਤੋਂ ਜ਼ਿਆਦਾ ਤਾਲੀਮ ਨਹੀਂ ਚਾਹੀਦੀ ਤੁਹਾਨੂੰ, ਤੁਸੀਂ ਬਸ ਜਿਹੜਾ ਨਾ ਆਪਣਾ ਮਿਹਨਤ ਕਰਨੀ 5-6 ਸਾਲ।